ਰਾਜਾਂ ਦਾ ਮੇਲਾ ਔਰ ਹਰ ਸਾਲ ਸੂਫੀ ਕਲਾਕਾਰ ਇੰਟਰਨੈਸ਼ਨਲ ਕਲਾਕਾਰ ਵੀ ਪਹੁੰਚਦੇ ਹਾਜ਼ਰੀ ਲਵਾਉਣ ਇਸ ਕਰਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਵੀ ਨਤਮਸਤਕ ਹੁੰਦੀਆਂ ਨੇ ਔਰ ਡੇਰਾ ਬਾਬਾ ਸ਼ਾਮਦਾਰ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਔਰ ਸੰਗਤਾਂ ਦੀਆਂ ਮਨੋਕਾਮਨੀਆਂ ਪੂਰੀਆਂ ਹੁੰਦੀਆਂ ਨੇ ਜੋ ਜੋ ਆਣ ਕੇ ਸ਼ਰਧਾ ਨਾਲ ਭਾਵ ਨਾਲ ਮੱਥਾ ਟੇਕਦਾ ਹੈ ਇਸ ਕਰਕੇ ਡੇਰੇ ਦੀ ਮਾਨਤਾ ਡੇਰਾ ਬਾਬਾ ਸ਼ਾਮਦਾਰ ਦੀ ਚੜ੍ਹਦੀ ਕਲਾ ਇਸ ਪਰਿਵਾਰ ਅਤੇ ਹਰ ਇੱਕ ਭਾਣਾ ਹਰ ਇੱਕ ਦੇਸ਼ ਦੇ ਸੰਗਤਾਂ ਦੇ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਇਸ ਕਰਕੇ ਡੇਰੇ ਦੇ ਮੁੱਖ ਸੇਵਾਦਾਰ ਹੋਣ ਦੇ ਨਾਤੇ ਦੇ ਅਸੀਂ ਉਹਨਾਂ ਦੇ ਸੇਵਾਦਾਰ ਹਾਂ ਇਸ ਕਰਕੇ ਸੇਵਾਦਾਰ ਦੇ ਹੋ ਕੇ ਹਰ ਪ੍ਰਬੰਧ ਦੇ ਕਰਦੇ ਹਾਂ ਛਬੀਲਾਂ ਠੰਡੇ ਜਲਦੀਆਂ ਔਰ ਲੰਗਰ ਦੇ ਪ੍ਰਬੰਧ ਨੇ ਔਰ ਟੈਂਟ ਦੇ ਔਰ ਬਾਰਿਸ਼ ਹੋਣ ਕਰਕੇ ਇਸ ਕਰਕੇ ਥੋੜ੍ਹਾ ਜਿਹਾ ਪ੍ਰੋਗਰਾਮ ਥੋੜ੍ਹਾ ਜਿਹਾ ਇਸ ਕਰਕੇ ਖਰਾਬ ਹੋਇਆ ਜੀ ਇਸ ਕਰਕੇ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਮਨਾਇਆ ਜਾਂਦਾ ਹੈ ਅਤੇ ਗਰੀਬ ਪਰਿਵਾਰਾਂ ਦੇ ਔਰ ਡੈਂਟਲ ਦਾ ਕੈਂਪ ਵੀ ਦੰਦਾਂ ਦਾ ਲਗਾਇਆ ਸੀ ਔਰ ਮੌਸਮ ਕਰਕੇ ਡਾਕਟਰ ਥੋੜ੍ਹੇ ਆਏ ਨੇ ਇਸ ਕਰਕੇ ਡਾਕਟਰਾਂ ਨੇ ਥੋੜ੍ਹੀ ਦੇਰ ਤੱਕ ਬਾਬਾ ਜੀ ਕਿੰਨਵਾਂ ਮੇਲਾ ਇਹ ਜੀ ਮੇਲਾ ਜੀ ਹਰ ਸਾਲ ਦੀ ਸਰ 40-45ਵਾਂ ਮੇਲਾ ਜੀ ਇਹ ਸਾਨੂੰ ਸੁਨੇਹਾ ਦੇਣਾ ਚਾਹੁੰਦਾ ਵੀ ਚੰਗੇ ਕੰਮ ਕਰੋ ਚੰਗੇ ਦੇਸ਼ ਅਤੇ ਟੂਰਨਾਮੈਂਟ ਕਰਾਓ ਅਤੇ ਔਰ ਕਬੱਡੀ ਔਰ ਖੇਡਾਂ ਵੱਲ ਧਿਆਨ ਦੇਣ ਅਤੇ ਐਜੂਕੇਸ਼ਨ ਅੱਛੀ ਕਰਨ ਅਤੇ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਵੀ ਨਸ਼ੇ ਤੋਂ ਰਹਿਤ ਕਰੋ ਇਸ ਕਰਕੇ ਨਸ਼ੇ ਵਿੱਚ ਜਿਹੜਾ ਪੰਜਾਬ ਦੀ ਪੀੜ੍ਹੀ ਡੁੱਬੀ ਆ ਬਹੁਤ ਮੰਦਭਾਗੀ ਅਤੇ ਔਰ ਨਵੀਂ ਪੀੜ੍ਹੀ ਨੂੰ ਸਿਹਤ ਦੇਣ ਵਾਸਤੇ ਭੰਡਾਰੇ ਅਤੇ ਮੇਲੇ ਕਰਵਾਏ ਜਾਂਦੇ ਬਾਬਾ ਜੀ ਮੇਲੇ ਨੂੰ ਲੈ ਕੇ ਇਲਾਕੇ ਦਾ ਕਿਹੋ ਜਿਹਾ ਸਹਿਯੋਗ ਹੈ ਤੁਹਾਡੇ ਨਾਲ ਇਲਾਕੇ ਦਾ ਸਹਿਯੋਗ ਸਾਰਿਆਂ ਦਾ ਭੈਣ ਭਰਾਵਾਂ ਦਾ ਹਰ ਸਾਲ ਜਿਹੜੇ ਗਾਇਕ ਹੁੰਦੇ ਉਹ ਖੁਦ ਵੀ ਅਪਰੋਚ ਕਰਦੇ ਰਹਿੰਦੇ ਆ ਲੇਕਿਨ ਮੌਕਾ ਤਾਂ ਕੋਈ ਸਿੱਖ ਨੂੰ ਮਿਲ ਸਕਦਾ ਕਈ ਨੌਜਵਾਨ ਜਿਹੜੇ ਇਲਾਕੇ ਦੇ ਗਾਇਕ ਨੇ ਜਿਨ੍ਹਾਂ ਨੇ ਕਿਸੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈ ਕੇ ਉਹਨਾਂ ਨੇ ਆਪਣੀ ਜਗ੍ਹਾ ਬਣਾਈ ਸੀਗੀ ਵੋਇਸ ਆਫ ਪੰਜਾਬ ਜਾਂ ਹੋਰ ਜਿਹੜੇ ਪਲੈਟਫਾਰਮ ਸੀਗੇ ਉਹਨਾਂ ਨੂੰ ਵੀ ਬਾਬਾ ਜੀ ਨੇ ਮੌਕਾ ਦਿੱਤਾ ਔਰ ਇਹ ਪਿੰਡ ਮੱਟਮ ਦੇ ਡੇਰਾ ਬਾਬਾ ਸ਼ਾਮਦਾਰ ਮੁੱਖ ਸੇਵਾਦਾਰ ਬਾਬਾ ਕਰਮਜੀਤ ਸਿੰਘ ਜੀ ਪਿਛਲੇ ਕਈ ਦਹਾਕਿਆਂ ਤੋਂ ਸਾਡਾ ਪਿਆਰ ਹੈ ਅਤੇ ਇਹ ਸਾਧ ਵੀ ਹੈਗੇ ਨੇ ਅਤੇ ਇਹ ਭਰਾ ਅਤੇ ਇੱਕ ਦੋਸਤ ਅਤੇ ਇੱਕ ਮਾਰਗਦਰਸ਼ਕ ਵੀ ਨੌਜਵਾਨਾਂ ਦੇ ਬਹੁਤ ਅੱਛੇ ਕਿਉਂਕਿ ਜਿਹੜਾ ਤੁਸੀਂ ਸਵਾਲ ਕੀਤਾ ਸੀ ਬੜਾ ਪਿਆਰਾ ਸਵਾਲ ਕੀਤਾ ਸੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੇ ਲਈ ਕੀ ਕਰਨਾ ਪਏਗਾ ਸੋ ਸੰਗਤ ਅਗਰ ਸਹੀ ਰਹੇਗੀ ਨੇਚਰ ਬੰਦੇ ਦੀ ਚੇਂਜ ਹੋ ਜਾਏਗੀ ਇੱਥੇ ਬਹੁਤ ਸਾਰੇ ਨੌਜਵਾਨਾਂ ਨੂੰ ਮੈਂ ਵੇਖਿਆ ਜਿਹੜੇ ਭਾਰੀ ਫਰਸਟ੍ਰੇਸ਼ਨ ਦੇ ਵਿੱਚ ਸੀ ਭਾਰੀ ਮਾਨਸਿਕ ਤਣਾਅ ਦੇ ਵਿੱਚ ਸੀਗੇ ਲੇਕਿਨ ਬਾਬਾ ਜੀ ਨਾਲ ਜੁੜਨ ਦੇ ਬਾਅਦ ਡੇਰੇ ਨਾਲ ਜੁੜਨ ਦੇ ਬਾਅਦ ਉਹ ਸੇਵਾ ਕਾਰਜਾਂ ਵਿੱਚ ਲੱਗੇ ਉਹਨਾਂ ਦਾ ਧਿਆਨ ਹੀ ਚੇਂਜ ਹੋ ਗਿਆ ਅਤੇ ਕਈ ਦੇਸ਼ ਵਿਦੇਸ਼ਾਂ 'ਚ ਬੜਾ ਅੱਛਾ ਕੰਮ ਕਰ ਰਹੇ ਨੇ ਕਿ ਇੱਥੇ ਬੜਾ ਅੱਛਾ ਕੰਮ ਕਰ ਰਹੇ ਨੇ ਮੈਂ ਸਮਝਦਾ ਕਿ ਜਦੋਂ ਕੋਈ ਵੀ ਨੌਜਵਾਨ ਸਾਡਾ ਫਰਸਟ੍ਰੇਸ਼ਨ ਦਾ ਸ਼ਿਕਾਰ ਹੋ ਜਾਂਦਾ ਅਗਰ ਉਸ ਟਾਈਮ 'ਚ ਉਹਨੂੰ ਕੋਈ ਸਾਥ ਦੇਣ ਵਾਲਾ ਸਹਾਰਾ ਦੇਣ ਵਾਲਾ ਕੋਈ ਹੱਥ ਹੋਏ ਕੋਈ ਉਹਦੀ ਥਾਂ ਹੋਏ ਜਿੱਥੇ ਜਾ ਕੇ ਆਪਣਾ ਦੁੱਖ ਦਰਦ ਦੱਸ ਸਕਦਾ ਹੋਏ ਅਤੇ ਉਹਦਾ ਜਿਹੜਾ ਹੈਗਾ ਉਹਦੀ ਰਿਕਵਰੀ ਦੇ ਚਾਂਸਿਸ ਵੱਧ ਜਾਂਦੇ ਨੇ ਸੋ ਡੇਰਾ ਬਾਬਾ ਸ਼ਾਮਦਾਰ ਦੇ ਇਸ ਸਥਾਨ 'ਤੇ ਪਵਿੱਤਰ ਸਥਾਨ ਮੱਟਮ 'ਤੇ ਤੁਸੀਂ ਦੇਖਿਆ ਸੰਗਤਾਂ ਦਾ ਕਿੰਨਾ ਪਿਆਰ ਹੈ ਖਰਾਬ ਮੌਸਮ ਦੇ ਬਾਵਜੂਦ ਬਾਰਿਸ਼ ਹੋਈ ਸੀ ਕੱਲ੍ਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਔਰ ਗਿਣਤੀ ਕੀਤੀ ਵੀ ਨਹੀਂ ਜਾ ਸਕਦੀ ਕਿ ਬਹੁਤ ਵੱਡੇ ਪੱਧਰ 'ਤੇ ਸੰਗਤਾਂ ਇੱਥੇ ਮੱਥਾ ਟੇਕਣ ਆਉਂਦੀਆਂ ਨੇ ਸੰਗਤਾਂ ਬਾਬਾ ਜੀ ਨਾਲ ਜੁੜੀਆਂ ਹੋਈਆਂ ਨੇ ਸੰਗਤਾਂ ਦਾ ਵਿਸ਼ਵਾਸ ਬਾਬਾ ਜੀ 'ਤੇ ਬਣਿਆ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਸੱਭਿਆਚਾਰ ਦੇ ਪ੍ਰਤੀ ਆਪਣੇ ਇਤਿਹਾਸ ਦੇ ਪ੍ਰਤੀ ਸਾਰੇ ਲੋਕਾਂ ਦੇ ਪ੍ਰਤੀ ਡੇਰੇ ਦੇ ਨਾਲ ਜੁੜੀ ਹੋਈ ਸੰਗਤ ਦੇ ਪ੍ਰਤੀ ਆਪਣੇ ਨਾਲ ਜੁੜੇ ਹੋਏ ਸਾਥੀਆਂ ਦੇ ਪ੍ਰਤੀ ਬੇਹੱਦ ਜ਼ਿੰਮੇਦਾਰ ਨੇ ਬਾਬਾ ਜੀ ਔਰ ਮੈਂ ਸਮਝਦਾ ਕਿ ਜਿੱਦਾਂ ਬਾਬਾ ਜੀ ਸੇਵਾ ਨਿਭਾ ਰਹੇ ਨੇ ਇੱਦਾਂ ਹੀ ਅਗਰ ਪੰਜਾਬ ਦੇ ਵਿੱਚ ਹਰ ਥਾਂ ਦੇ ਉੱਤੇ ਆਪਣੇ ਸੱਭਿਆਚਾਰ ਨੂੰ ਨੌਜਵਾਨ ਪੀੜ੍ਹੀ ਨੂੰ ਅਗਰ ਅਸੀਂ ਸਾਹਮਣੇ ਤਾਂ ਇੱਦਾਂ ਦੇ ਜਿਹੜੇ ਪ੍ਰਯਾਸ ਨੇ ਉਹ ਕੀਤੇ ਜਾਣੇ ਜ਼ਰੂਰੀ ਨੇ ਅਜੇ ਬਹੁਤ ਯੰਗ ਵੀ ਹੈਗੇ ਨੇ ਅਤੇ ਆਉਣ ਵਾਲੇ ਸਮੇਂ 'ਚ ਸਾਨੂੰ ਉਮੀਦ ਹੈ ਕਿ ਹੋਰ ਵੱਡੇ ਪੱਧਰ 'ਤੇ ਜਿੱਦਾਂ ਮੈਡੀਕਲ ਕੈਂਪ ਲਗਾਇਆ ਸੀ ਐਤਕਾਂ ਹੋਰ ਬਾਬਾ ਜੀ ਦੀਆਂ ਬਹੁਤ ਯੋਜਨਾਵਾਂ ਜਿਹੜੇ ਸੰਗਤ ਨੂੰ ਵੀ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਅਤੇ ਸਰਕਾਰ ਵੱਲੋਂ ਕੋਈ ਵੀ ਸਹਿਯੋਗ ਤੁਹਾਡੇ ਹੁੰਦੇ ਜੋ ਤੁਸੀਂ ਕਾਂਗਰਸ 'ਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਟਲ ਵੀ ਆਏ ਦੇਖੋ ਰਜਿੰਦਰ ਕੌਰ ਪੱਟਲ ਵੀ ਆਏ ਨੇ ਅਵਿਨਾਸ਼ ਰਾਏ ਖੰਨਾ ਜੀ ਵੀ ਆਏ ਨੇ ਪਾਰਲੀਮੈਂਟ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਵੀ ਆਏ ਸੀ ਹਿਮਾਚਲ ਵਿਧਾਨ ਸਭਾ ਦੇ ਸਪੀਕਰ ਵੀ ਆਏ ਕਈਆਂ ਸਟੇਟਾਂ ਦੇ ਕਈ ਕੈਬਨਿਟ ਮੰਤਰੀ ਆਉਂਦੇ ਜਾਂਦੇ ਇੱਧਰੋਂ ਹੋ ਕੇ ਜਾਂਦੇ ਬਾਬਾ ਜੀ ਵੱਲ ਅੱਜ ਵੀ ਕਿਸੇ ਬਹੁਤ ਵੱਡੀ ਸ਼ਖਸੀਅਤ ਨੇ ਆਉਣਾ ਸੀ ਲੇਕਿਨ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਨਿਰਦੇਸ਼ ਦੇ ਦਿੱਤੇ ਸੀਗੇ ਕਿ 30 ਮਈ ਤੋਂ ਲੈ ਕੇ 30 ਜੂਨ ਤੱਕ ਹਰ ਕੋਈ ਆਪਣੇ ਆਪਣੇ ਲੋਕ ਸਭਾ ਖੇਤਰ 'ਚ ਰਹੇਗਾ ਜਾਂ ਜਿਹੜੇ ਲੀਡਰ ਦੀ ਜਿਸ ਲੋਕ ਸਭਾ ਖੇਤਰ ਦੇ ਵਿੱਚ ਡਿਊਟੀ ਲੱਗੀ ਆ ਉੱਥੇ ਹੀ ਉਹ ਰਹੇਗਾ ਇਸ ਕਰਕੇ ਥੋੜ੍ਹਾ ਜਿਹਾ ਪ੍ਰੋਗਰਾਮ ਲਾਸਟ ਮੂਮੈਂਟ 'ਤੇ ਜਿਨ੍ਹਾਂ ਨੇ ਆਉਣਾ ਸੀ ਉਹ ਨਹੀਂ ਆ ਪਾਏ
लेकिन इतने मैं भी देखा भी ये तप स्थान इदा का बाबा जी ने पूरी कृपा परमात्मा की इतने आएगा भी।